ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ 4 ਮਹੀਨੇ ਦੇ ਕਰੀਬ ਹੋ ਚੁੱਕੇ ਨੇ ਬਰਗਾੜੀ ਇਨਸਾਫ ਮੋਰਚਾ ਚੱਲਦਿਆਂ, ਤੇ 7 ਅਕਤੂਬਰ ਅਤੇ 14 ਅਕਤੂਬਰ ਤੇ ਸਿੱਖ ਕੌਮ ਦੇ ਭਾਰੀ ਇਕੱਠ ਤੋਂ ਬਾਅਦ ਮੁਤਬਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਲਾਈਵ ਹੋ ਕੇ ਸਿੱਖ ਸੰਗਤ ਨੂੰ ਕੀ ਕਿਹਾ, ਕੀ ਸੁਨੇਹਾ ਦਿੱਤਾ, ਆਓ ਸੁਣਦੇ ਹਾਂ। ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ, ਸਮੁੱਚੇ ਖਾਲਸਾ ਪੰਥ ਨੂੰ, ਦੇਸ਼ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਪਤਾ ਹੈ ਕਿ ਸਮੇਂ ਨੇ, ਸਰਕਾਰਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਹੈ, ਕਿਉਂਕਿ ਸਾਡੇ ਜਿੱਥੇ ਸਾਡੇ ਸਾਹ ਚੱਲਦੇ ਆ, ਜਿੱਥੇ ਸਾਡੀ ਜਾਨ ਚੱਲਦੀ ਹੈ, ਜਿੱਥੇ ਸਾਡੇ ਪ੍ਰਾਣ ਚੱਲਦੇ ਹੈ, ਜਿੱਥੋਂ ਸਾਨੂੰ ਸਭ ਕੁਝ ਮਿਲਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਬਹੁਤ ਤੇਜ਼ੀ ਦੇ ਨਾਲ ਕੀਤੀ ਹੈ, ਅਤੇ ਇਹ ਬਹੁਤ ਬੁਰੀ ਗੱਲ ਆ। ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਜਿਹੜਾ, ਉਹ ਇਸ ਨੂੰ ਸਹਾਰ ਨਹੀਂ ਸਕਦਾ। ਇਸ ਨੂੰ ਮੁੱਖ ਰੱਖ ਕੇ 1 ਜੂਨ 2018 ਨੂੰ ਗੁਰੂ ਦੀ ਹੋਈ ਬੇਅਦਬੀ ਨੂੰ ਮੁੱਖ ਰੱਖ ਕੇ, ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਮੁੱਖ ਰੱਖ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਮੁੱਖ ਰੱਖ ਕੇ, ਬਰਗਾੜੀ ਦੀ ਦਾਣਾ ਮੰਡੀ ਦੇ ਵਿੱਚ ਇਨਸਾਫ ਮੋਰਚਾ ਲੱਗਿਆ ਹੋਇਆ। ਅੱਜ 138 ਦਿਨ ਪੂਰੇ ਹੋ ਗਏ ਨੇ ਔਰ ਹਰ ਰੋਜ਼ ਨਵਾਂ ਦਿਨ ਚੜ੍ਹਦਾ। ਸੰਗਤਾਂ ਦਾ ਉਤਸ਼ਾਹ, ਸੰਗਤਾਂ ਦਾ ਪਿਆਰ, ਸੰਗਤਾਂ ਦੀ ਲਗਨ, ਸੰਗਤਾਂ ਦਾ ਪ੍ਰੇਮ ਇਸ ਤਰ੍ਹਾਂ ਝਲਕਦਾ ਹੈ ਕਿ ਇੱਕ ਵੱਖਰੇ ਦ੍ਰਿਸ਼, ਵੱਖਰੇ ਨਜ਼ਾਰੇ ਦੀ ਪੇਸ਼ਕਾਰੀ ਹੁੰਦੀ ਹੈ। ਸਰਕਾਰਾਂ ਜਿਨ੍ਹਾਂ ਤੋਂ ਅਸੀਂ ਇਨਸਾਫ ਮੰਗਦੇ ਹਾਂ, ਉਹਨਾਂ ਦਾ ਵਿਹਾਰ ਬਹੁਤ ਮਾੜਾ ਹੈ। ਜਦੋਂ ਦੋਸ਼ੀਆਂ ਦੇ ਨਾਲ ਸਰਕਾਰਾਂ ਰਲ ਜਾਂਦੀਆਂ ਤਾਂ ਫਿਰ ਇਨਸਾਫ ਥੋੜ੍ਹਾ ਜਿਹਾ ਪਿੱਛੇ ਪੈ ਜਾਂਦਾ ਹੈ। ਇਨਸਾਫ ਖਤਮ ਨਹੀਂ ਹੁੰਦਾ, ਇਨਸਾਫ ਪਿੱਛੇ ਪੈ ਜਾਂਦਾ ਹੈ। ਪਰ ਅੱਜ ਇੱਕ ਤੁਸੀਂ ਇਕੱਠ ਵੇਖਿਆ 7 ਤਰੀਕ ਦਾ, ਕਿਉਂਕਿ ਉਸ ਦਿਨ ਚੋਰ ਅਤੇ ਕੁੱਤੀ ਰਲ ਗਏ ਸੀ। ਦੋਸ਼ੀ ਅਤੇ ਸਰਕਾਰਾਂ ਨੇ ਆਪਣੇ ਪੈਸੇ ਅਤੇ ਸਾਧਨਾਂ ਦੇ ਜ਼ੋਰ ਦੇ ਨਾਲ ਸਲਾਹ ਕਰਕੇ ਇਸ ਇਨਸਾਫ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਬਗੈਰ ਸੱਦਣ ਤੋਂ ਸੰਗਤਾਂ ਨੇ ਉਹਨਾਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਬਹੁਤ ਬੁਰੀ ਤਰ੍ਹਾਂ ਫੇਲ ਹੋ ਗਏ। ਉਸ ਤੋਂ ਬਾਅਦ ਕੱਲ੍ਹ ਦਾ ਜਿਹੜਾ ਦਿਹਾੜਾ ਲੰਘਿਆ 14 ਤਰੀਕ ਦਾ, ਉਸ ਇਹ ਸਾਡੇ ਉਹਨਾਂ ਸਿੰਘਾਂ ਦੀ ਬਰਸੀ ਸੀ, ਉਹਨਾਂ ਦਾ ਸ਼ਹੀਦੀ ਸਮਾਗਮ ਸੀ, ਜਿਨ੍ਹਾਂ ਨੂੰ ਬਹਿਬਲ ਕਲਾਂ ਗੋਲੀਆਂ ਮਾਰ ਕੇ ਅਤੇ ਸ਼ਹੀਦ ਕੀਤਾ ਗਿਆ। ਸੋ ਮੋਰਚੇ ਦੇ ਦੌਰਾਨ ਅਸੀਂ 12 ਤਰੀਕ ਨੂੰ ਅਖੰਡ ਪਾਠ ਸਾਹਿਬ ਰੱਖੇ ਅਤੇ 14 ਨੂੰ ਭੋਗ ਪਏ। ਬਹੁਤ ਵੱਡਾ ਇਕੱਠ ਹੋਇਆ, ਬੇਮਿਸਾਲ ਇਕੱਠ।
ਪਤਾ ਨਹੀਂ ਕਿੱਧਰੋਂ ਕਿੱਧਰੋਂ ਸੰਗਤ ਆਈ। ਕੋਈ ਕਿਹਾ ਨਹੀਂ ਜਾ ਸਕਦਾ ਕਿ ਕਿੰਨੇ ਕਿੰਨੀ ਸੇਵਾ ਕੀਤੀ, ਕਿੱਥੋਂ ਕਿੱਥੋਂ ਲੰਗਰ ਲੱਗੇ, ਕਿੱਥੋਂ ਕਿੱਥੋਂ ਸੰਗਤ ਆਈ, ਕਿੱਥੋਂ ਕਿੱਥੋਂ ਸੰਗਤਾਂ ਦਾ ਹੜ੍ਹ ਆਇਆ। ਇਹ ਤਾਂ ਦੱਸਣ ਅਤੇ ਸਮਝ ਤੋਂ ਬਾਹਰ ਹੈ, ਪਰ ਇਸ ਇਕੱਠ ਦੇ ਵਿੱਚ ਵੇਖਿਆ ਗਿਆ ਕਿ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸਾਡੀਆਂ ਰਾਜਨੀਤਿਕ ਜਥੇਬੰਦੀਆਂ ਸਿੱਖਾਂ ਦੀਆਂ, ਉਹਨਾਂ ਦੀ ਲੀਡਰਸ਼ਿਪ ਵੱਡੀ ਗਿਣਤੀ ਦੇ ਵਿੱਚ ਪਹੁੰਚੀ। ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ, ਜਗਮੀਤ ਸਿੰਘ ਬਰਾੜ, ਸਾਬਕਾ ਸਪੀਕਰ ਵੀਰ ਦਵਿੰਦਰ ਸਿੰਘ, ਵਿਰੋਧੀ ਧਿਰ ਦੇ ਨੇਤਾ ਰਹੇ ਸਰਦਾਰ ਸੁਖਪਾਲ ਸਿੰਘ ਖਹਿਰਾ, ਦਮਦਮੀ ਟਕਸਾਲ ਦੇ ਪਹਿਲਾਂ ਬੁਲਾਰੇ ਰਹੇ ਅਤੇ ਹੁਣ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਸੰਗਰੂਰ ਤੋਂ MP ਭਗਵੰਤ ਸਿੰਘ ਮਾਨ, ਔਰ ਹੁਣ ਵਿਰੋਧੀ ਧਿਰ ਦੇ ਨੇਤਾ ਦਲਜੀਤ ਚੀਮਾ, ਸੁਖਦੇਵ ਸਿੰਘ ਭੌਰ, ਗਿਆਨੀ ਕੇਵਲ ਸਿੰਘ, ਅਵਤਾਰ ਸਿੰਘ ਖੰਡਾ, ਪੰਜ ਪਿਆਰਿਆਂ ਵਿੱਚ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੇਵਾ ਕੀਤੀ ਅਤੇ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ, ਸੁੱਚਾ ਸਿੰਘ ਛੋਟੇਪੁਰ, ਬਲਵਿੰਦ ਬੂਟਾ ਸਿੰਘ ਰਣਸੀ, ਪਰਮਜੀਤ ਸਿੰਘ ਸਹੌਲੀ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਤਨਾਮ ਸਿੰਘ ਮਨਾਵਾ, ਮਹਿੰਦਰਪਾਲ ਸਿੰਘ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਕੁਲਤਾਰ ਸਿੰਘ ਸੰਧਵਾਂ MLA, ਬੀਬੀ ਬਲਜਿੰਦਰ ਕੌਰ MLA ਦਮਦਮਾ ਸਾਹਿਬ, ਕਮਲਜੀਤ ਬਰਾੜ, ਲੱਖਾ ਸਧਾਣਾ ਅਤੇ ਹੋਰ ਬਹੁਤ ਸਾਰੇ ਸਿਆਸੀ ਲੀਡਰ ਜਿਹੜੇ ਮੰਚ 'ਤੇ ਬੈਠੇ ਸਮੁੱਚੇ ਲੋਕਾਂ ਨੇ ਉਹਨਾਂ ਨੂੰ ਵੇਖਿਆ, ਜਿਨ੍ਹਾਂ ਦਾ ਬਹੁਤ ਵੱਡਾ ਪੰਥ ਅਤੇ ਕੌਮ ਨੂੰ ਚਲਾਉਣ ਦਾ ਬਹੁਤ ਵੱਡਾ ਯੋਗਦਾਨ, ਬੜੀ ਵੱਡੀ ਜੱਦੋਜਹਿਦ ਹੈ, ਇੱਕ ਤੋਂ ਇੱਕ ਵੱਧ ਕੇ ਸਾਰੇ ਉਹ ਸਾਰੇ ਜਦੋਂ ਮੰਚ 'ਤੇ ਬੈਠੇ ਅਤੇ ਬੜੇ ਇੱਕ ਵੱਖਰੀ ਜਿਹੀ ਗੱਲ ਵੇਖਣ ਨੂੰ ਮਿਲਦੀ ਸੀ ਕਿ ਸਾਰੇ ਦਿਲੋਂ ਆਏ ਸੀ। ਤੁਸੀਂ ਉਹਨਾਂ ਦੀ ਸਪੀਚ ਵੀ ਸੁਣੀ, ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਔਰ ਪੰਜਾਬ ਅਤੇ ਕੌਮ ਦੇ ਭਵਿੱਖ ਦੇ ਬਾਰੇ ਬੜੇ ਉਹ ਚਿੰਤਤ ਦਿੱਤੇ, ਔਰ ਅਸੀਂ ਇਹਨਾਂ ਸਾਰਿਆਂ ਦਾ ਜਿਹੜੇ ਪਾਰਟੀਬਾਜ਼ੀ ਤੋਂ ਪਰੇ ਹੋ ਕੇ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਏ ਹਾਂ, ਅਸੀਂ ਸਮੁੱਚੇ ਜਥੇਦਾਰਾਂ ਵੱਲੋਂ, ਮੈਂ ਆਪਣੇ ਵੱਲੋਂ, ਭਾਈ ਜਗਤਾਰ ਸਿੰਘ ਹਵਾਰਾ ਵੱਲੋਂ, ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ, ਭਾਈ ਅਮਰੀਕ ਸਿੰਘ ਅਜਨਾਲੇ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ। ਦੂਸਰੇ ਨੰਬਰ 'ਤੇ ਸੰਤ ਮਹਾਂਪੁਰਸ਼ ਬੜੀ ਵੱਡੀ ਗਿਣਤੀ ਦੇ ਵਿੱਚ, ਮੈਨੂੰ ਨਹੀਂ ਲੱਗਦਾ ਕਿ ਕੱਲ੍ਹ ਕੋਈ ਰਿਹਾ ਹੋਊਗਾ, ਪਰ ਬੜੀ ਨਿਮਰਤਾ ਵਿਖਾਈ ਸੰਤਾਂ ਮਹਾਂਪੁਰਸ਼ਾਂ ਨੇ
ਉਹਨਾਂ ਨੇ ਸਟੇਜ 'ਤੇ ਵੀ ਬਹਿਣਾ ਨਹੀਂ ਜਾਇਜ਼ ਸਮਝਿਆ, ਉਹ ਸੰਗਤ ਵਿੱਚ ਬੈਠੇ ਰਹੇ। ਉਹਦੇ ਵਿੱਚ ਨਿਰਮਲੇ, ਉਦਾਸੀ, ਹਰ ਤਰ੍ਹਾਂ ਦੇ ਸੰਤ ਮਹਾਂਪੁਰਸ਼ ਵੱਡੇ ਵੱਡੇ ਜਥੇ ਲੈ ਕੇ ਆਏ ਅਤੇ ਲੰਗਰ ਸੰਗਤਾਂ ਦੇ ਵਾਸਤੇ ਤਿਆਰ ਕਰਕੇ ਲਿਆਏ। ਪਰ ਨਿਮਰਤਾ ਬੜੀ ਸੀ, ਹਰ ਇੱਕ ਦੇ ਚਿਹਰੇ ਤੋਂ ਪੜ੍ਹਿਆ ਜਾ ਸਕਦਾ ਸੀ ਕਿ ਹਰ ਚਿਹਰਾ ਜਿਹੜਾ ਉਹ ਗੁਰਬਾਣੀ ਦੇ ਵਿੱਚ ਰੰਗਿਆ ਹੋਇਆ ਸੀ। ਤੀਜੇ ਨੰਬਰ ਦੇ ਉੱਤੇ ਗੁਰੂ ਦੀਆਂ ਸੰਗਤਾਂ, ਇਸ ਤਰ੍ਹਾਂ ਦਾ ਇਕੱਠ ਸੀਗਾ ਕਿ ਜਦੋਂ ਤੁਸੀਂ ਕਿਸੇ ਵੀ ਚਿਹਰੇ ਵੱਲ ਤੱਕਦੇ ਸੀ, ਜਿੱਥੇ ਉਸ ਚਿਹਰੇ ਦੇ ਅੰਦਰ ਬੜੀ ਇੱਕ ਗੰਭੀਰਤਾ ਸੀ, ਬੜੀ ਇੱਕ ਉਮੰਗ ਸੀ, ਉੱਥੇ ਜਦੋਂ ਖਾਲਸਾ ਪੰਥ ਦਾ ਠਾਠਾ ਮਾਰਦਾ ਇਹ ਇਕੱਠ ਸਮੁੰਦਰ, ਉਹ ਸਿੱਖ ਨੇ ਵੇਖਿਆ ਅਤੇ ਉਹ ਬੜਾ ਖੁਸ਼ ਨਜ਼ਰ ਆਉਂਦਾ ਸੀ, ਉਹਦੇ ਚਿਹਰੇ 'ਤੇ ਬੜੀ ਖੁਸ਼ੀ ਸੀ। ਸੋ ਇਹ ਕਿਸੇ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਵੀ ਇਹ ਕਿਸੇ ਬੰਦੇ ਦਾ ਕਰਕੇ ਜਾਂ ਕਿਸੇ ਪਾਰਟੀ ਦਾ ਕਰਕੇ ਜਾਂ ਕਿਸੇ ਧੜੇ ਦਾ ਕਰਕੇ ਇਹ ਗੱਲਬਾਤ ਹੋ ਰਹੀ ਹੈ। ਜੋ ਬਰਗਾੜੀ ਦੇ ਵਿੱਚ ਇਹ ਸੰਗਤ ਆ ਰਹੀ ਹੈ, ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਸ਼ਹੀਦੀ ਸਮਾਗਮ ਦੇ ਉੱਤੇ ਇਹ ਜਿਹੜੀ ਸਾਰੀ ਸੰਗਤ ਆਈ ਆ ਜਾਂ ਹਰ ਰੋਜ਼ ਆ ਰਹੀ ਆ, ਅੱਜ ਵੀ ਆਊਗੀ, ਇਹ ਗੁਰੂ ਦਾ ਵਰਤਾਰਾ। ਮੈਂ ਕਦੀ ਹੈਰਾਨ ਹੁੰਦਾ ਸੀ ਕਿ ਜਦੋਂ ਕਦੀ ਇਹ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਵੇਖਣ ਜਾਂਦੇ ਸੀ, ਉਦੋਂ ਉੱਥੇ ਲੰਗਰ ਵੇਖਦੇ ਸੀ ਜਾਂ ਸੰਗਤ ਵੇਖਦੇ ਸੀ ਅਤੇ ਬੜੀ ਮਨ ਨੂੰ ਖੁਸ਼ੀ ਹੁੰਦੀ ਸੀ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ। ਪਰ ਇਸ ਤਰ੍ਹਾਂ ਦਾ ਹੀ ਕੁਛ ਦੇਖੋ, ਉਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਗੁਰੂ ਸਾਹਿਬ ਦੀਆਂ, ਉਹਨਾਂ ਦਾ ਮੁਕਾਬਲਾ ਤਾਂ ਹੋ ਨਹੀਂ ਸਕਦਾ, ਪਰ ਬਹੁਤ ਕੁਛ ਉਹੋ ਜਿਹੇ ਰੰਗ ਇੱਥੇ ਵੇਖਣ ਨੂੰ ਮਿਲੇ ਨੇ। ਅਥਾਹ ਪ੍ਰੇਮ ਪਿਆਰ ਸੰਗਤਾਂ ਦਾ, ਔਰ ਅੱਜ ਮੈਂ ਜਿੱਥੇ ਸਮੁੱਚਾ ਖਾਲਸਾ ਪੰਥ ਦਾ ਧੰਨਵਾਦ ਕਰਦਾ ਹਾਂ, ਜੀ ਆਇਆਂ ਆਖਦਾ, ਇੱਕ ਇੱਕ ਕਦਮ ਆਇਆ ਸਿਰ ਮੱਥੇ 'ਤੇ ਮੰਨਦਾ, ਔਰ ਬਗੈਰ ਕਿਸੇ ਸ਼ੱਕ ਸੁਭਾ ਦੇ, ਉੱਥੇ ਮੈਂ ਜਿਹੜੇ ਸਾਡੇ NRI ਵੀਰ ਨੇ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਰਹਿੰਦੇ ਨੇ, ਜਿਹੜੇ ਮੈਨੂੰ ਪਤਾ ਹੈ, ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਹਰ ਇੱਕ ਗੁਰੂ ਦਾ ਸਿੱਖ, ਹਰ ਇੱਕ ਪਰਿਵਾਰ ਜਿਹੜਾ ਉਹ ਬਰਗਾੜੀ ਨੂੰ ਵੇਖ ਰਿਹਾ ਸੀ, ਉਹਦੀਆਂ ਨੀਂਦਾਂ ਵੀ ਉੱਡੀਆਂ ਹੋਈਆਂ ਸੀ ਸਾਰਾ ਕੁਛ, ਅਤੇ ਬਹੁਤ ਖੁਸ਼ ਹੋਏ ਹੋ ਤੁਸੀਂ, ਅਸੀਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਮਨ ਦੇ ਨਾਲ ਅਤੇ ਧਨ ਦੇ ਨਾਲ, ਬਹੁਤ ਸਾਰੇ NRI ਭਰਾਵਾਂ ਨੇ ਇੱਥੇ ਆ ਕੇ ਧਨ ਦੇ ਨਾਲ ਵੀ ਬਹੁਤ ਵੱਡਾ ਯੋਗਦਾਨ ਪਾਇਆ। ਸੋ ਦੁਸ਼ਮਣ ਜਿਹੜਾ ਸਾਡਾ ਉਹ ਬੜਾ ਤਗੜਾ, ਅਦਾਲਤਾਂ ਦੇ ਵੀ ਦਰਵਾਜ਼ੇ ਬੰਦ ਨੇ, ਅਦਾਲਤਾਂ ਵੀ ਸਾਡੇ ਉਲਟ, ਸਰਕਾਰਾਂ ਵੀ ਸਾਡੇ ਉਲਟ, ਬਿਲਕੁਲ ਸਾਡੇ ਸਬਰ ਨੂੰ ਪਰਖਿਆ ਜਾ ਰਿਹਾ। ਇਹ ਜਿਹੜਾ ਮੋਰਚਾ ਪੁਰ ਅਮਨ ਇਮਾਨਦਾਰੀ ਦੇ ਨਾਲ ਆਪਾਂ ਲਾਇਆ ਹੋਇਆ, ਨਾ ਕੋਈ ਸੜਕ ਰੋਕੀ ਹੈ, ਨਾ ਕਿਤੇ ਆਪਾਂ ਘਰਾਓ ਕਰ ਰਹੇ ਹਾਂ, ਨਾ ਕਿਤੇ ਧਰਨਾ ਦੇ ਰਹੇ ਹਾਂ,
ਨਾ ਆਪਾਂ ਲੋਕਾਂ ਨੂੰ ਤੰਗ ਕਰ ਰਹੇ ਹਾਂ, ਪਿੱਛੇ ਹੋ ਕੇ ਬੈਠੇ ਹੋਏ ਹਾਂ। ਪਰ ਦਿਨੋਂ ਦਿਨ ਜਿਹੜਾ ਖਾਲਸੇ ਦਾ ਇਕੱਠ ਵੱਧ ਰਿਹਾ, ਇਹਦੇ ਤੋਂ ਕਿਤੇ ਨਾ ਕਿਤੇ ਜ਼ਰੂਰ ਸਰਕਾਰਾਂ ਅਤੇ ਏਜੰਸੀਆਂ ਚਿੰਤਤ ਨੇ। ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਕੋਈ ਫਿਕਰ ਨਹੀਂ ਸੀ, ਮੈਂ ਤਾਂ ਪਹਿਲੇ ਦਿਨ ਕਿਹਾ ਸੀ ਭਾਈ ਇਹ ਜਿਹੜਾ ਮੋਰਚਾ ਆਪਾਂ ਜਿੱਤ ਕੇ ਲਾਇਆ ਆਪਾਂ ਜਿੱਤਾਂਗੇ। ਅਤੇ ਕੱਲ੍ਹ ਮੈਂ ਬਹੁਤ ਸਾਰੇ ਨਾਅਰੇ ਲੱਗਦੇ ਵੇਖੇ ਵੀ ਖਾਲਸੇ ਪੰਥ ਦੀ ਬਹੁਤ ਵੱਡੀ ਜਿੱਤ ਹੋਣੀ ਹੈ। ਇੱਕ ਬੜੀ ਆਸ ਆ, ਇੱਕ ਬੜੀ ਉਮੰਗ ਆ ਸਾਰਿਆਂ ਦੇ ਮਨ ਦੇ ਵਿੱਚ, ਇੱਕ ਬੜਾ ਵੱਡਾ ਹੌਸਲਾ ਹੈ ਕਿ ਹੁਣ ਸਾਡੇ ਖਾਲਸੇ ਪੰਥ ਦਾ ਕੁਛ ਨਾ ਕੁਛ ਜ਼ਰੂਰ ਬਣੂਗਾ। ਹਾਂ, ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸਾਰਾ ਗੁਰੂ ਦਾ ਵਰਤਾਰਾ ਹੈ। ਜੇ ਕੋਈ ਲੰਗਰ ਲੈ ਕੇ ਆ ਰਿਹਾ, ਜੇ ਕੋਈ ਕਾਫਲਾ ਲੈ ਕੇ ਆ ਰਿਹਾ, ਜੇ ਕੋਈ ਇੱਥੇ ਹਾਜ਼ਰੀ ਭਰ ਰਿਹਾ, ਜੋ ਵੀ ਕਰ ਰਿਹਾ, ਇਹ ਸਾਰਾ ਗੁਰੂ ਦਾ ਵਰਤਾਰਾ, ਉਹਦੇ 'ਤੇ ਗੁਰੂ ਦੀ ਮਿਹਰ ਆ। ਇਸ ਕਰਕੇ ਕੈਪਟਨ ਸਰਕਾਰ ਜਾਂ ਸੈਂਟਰ ਸਰਕਾਰ ਜਿਹੜੀ ਕਿ ਬੇਈਮਾਨ ਆ, ਇਹਨੂੰ ਖਾਲਸੇ ਦੇ ਜਾਓ ਜਲਾਲ ਦੇ ਅੱਗੇ, ਖਾਲਸੇ ਦੇ ਸਬਰ ਦੇ ਅੱਗੇ ਬਿਲਕੁਲ ਝੁਕਣਾ ਪੈਣਾ। ਸਾਰਿਆਂ ਤੋਂ ਵੱਡੀ ਲੋਕਾਂ ਦੀ ਅਦਾਲਤ ਹੁੰਦੀ ਹੈ। ਜਦੋਂ ਦਲੀਲ ਅਪੀਲ ਵਕੀਲ ਦੀ ਗੱਲ ਖਤਮ ਹੋ ਜਾਵੇ, ਫਿਰ ਲੋਕਾਂ ਦੀ ਅਦਾਲਤ ਜਾਂ ਐਂ ਕਹਿ ਲਓ ਵੀ ਖਾਲਸਾ ਪੰਥ ਫੈਸਲਾ ਕਰਦਾ। ਸੋ ਮੈਂ ਅੱਜ ਆਪਣੇ ਦਿਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦਾ ਸੀ ਕਿ ਮੈਂ ਇੱਕ ਨਚੀਜ ਜਿਹਾ ਬੰਦਾ, ਇੱਕ ਨਲਾਇਕ ਜਿਹਾ ਬੰਦਾ, ਮੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ, ਬਗੈਰ ਕਿਸੇ ਜਾਣ ਪਛਾਣ ਤੋਂ ਜੋ ਖਾਲਸਾ ਪੰਥ ਵੱਲੋਂ, ਜੋ ਸਿੱਖ ਸੰਗਤਾਂ ਵੱਲੋਂ ਸਹਿਯੋਗ ਮਿਲਿਆ, ਮੈਂ ਉਹਦਾ ਕਈ ਜਨਮ ਦੇਣ ਨਹੀਂ ਦੇ ਸਕਦਾ। ਬਹੁਤ ਵੱਡਾ ਤੁਸੀਂ ਮੇਰਾ ਸਾਥ ਦਿੱਤਾ, ਮੈਨੂੰ ਕੋਈ ਸ਼ੱਕ ਨਹੀਂ, ਕਿਸੇ 'ਤੇ ਵੀ ਸ਼ੱਕ ਨਹੀਂ। ਮੈਂ ਅੱਜ ਸਾਰਿਆਂ ਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸ਼ਰਧਾ ਰੱਖਦੇ ਨੇ ਜਾਂ ਮੱਥਾ ਟੇਕਦੇ ਨੇ ਜਾਂ ਪ੍ਰਚਾਰ ਕਰਦੇ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਦੇ ਨੇ ਜਾਂ ਖਾਲਸੇ ਪੰਥ ਦੇ ਭਵਿੱਖ ਨੂੰ ਚੰਗਾ ਲੋਚਦੇ ਨੇ, ਅਤੇ ਉਹ ਅੱਜ ਇੱਥੇ ਜਿਹੜੇ ਸਾਡੇ ਨਾਲ ਨਹੀਂ ਆਏ, ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ, ਤੁਸੀਂ ਸਾਰੇ ਵੱਡੇ ਹੋ, ਤੁਸੀਂ ਸਾਰੇ ਸਿਆਣੇ ਹੋ, ਤੁਹਾਨੂੰ ਬਹੁਤ ਕੁਛ ਪਤਾ ਹੈ, ਤੁਸੀਂ ਬੜੀ ਸੇਵਾ ਕੀਤੀ ਆ, ਕੌਮ ਨੂੰ ਤੁਹਾਡੇ 'ਤੇ ਬਹੁਤ ਜ਼ਿਆਦਾ ਮਾਣ ਆ। ਜੋ ਕੁਛ ਤੁਸੀਂ ਕਰ ਸਕੇ ਹੋ ਸਕਦਾ ਅਸੀਂ ਨਾ ਕਰ ਸਕੀਏ। ਇਸ ਕਰਕੇ ਅੱਜ ਗੁਰੂ ਦਾ ਮਸਲਾ ਹੈ, ਅੱਜ ਕੌਮ ਦਾ ਮਸਲਾ ਹੈ, ਅੱਜ ਪੰਥ ਦਾ ਮਸਲਾ ਹੈ, ਪੰਥ ਦੇ ਗ੍ਰੰਥ ਦਾ ਮਸਲਾ ਹੈ। ਇੱਥੇ ਅਸੀਂ ਆਪਣੇ ਗਿਲੇ ਚਿਕੇ ਸ਼ਿਕਵੇ ਛੱਡ ਕੇ ਗੁਰੂ ਨੂੰ ਅਤੇ ਪੰਥ ਨੂੰ ਸਮਰਪਣ ਹੋ ਕੇ ਜਿੰਨਾ ਯੋਗਦਾਨ ਆਪਾਂ ਪਾ ਸਕਦੇ ਹਾਂ ਉਹ ਆਪਾਂ ਪਾਈਏ, ਕਿਉਂਕਿ ਪੰਥ ਨੂੰ ਬਹੁਤ ਲਤਾੜਿਆ ਗਿਆ ਸੀ, ਬਹੁਤ ਇਹਦਾ ਬੁਰਾ ਹਾਲ ਹੋ ਗਿਆ ਸੀ, ਇਹਦੀ ਗੱਲ ਕਰਨੀ ਬਹੁਤ ਜ਼ਰੂਰੀ ਬਣ ਗਈ ਸੀ, ਅਤੇ ਉਹਦੀ ਮੈਂ ਸਮਝਦਾ ਕਿ ਸ਼ੁਰੂਆਤ ਹੋਈ ਆ। ਅਤੇ ਉਹ ਸਾਰੇ ਇਸ ਕਾਫਲੇ ਦੇ ਵਿੱਚ ਅੱਗੇ ਹੋ ਕੇ, ਅਸੀਂ ਤੁਹਾਡੇ ਪਿੱਛੇ ਲੱਗ ਜਾਵਾਂਗੇ, ਤੁਸੀਂ ਅੱਗੇ ਹੋ ਕੇ ਚੱਲੋ, ਆਪਾਂ ਇਹਦੀ ਆਵਾਜ਼ ਉਠਾਈਏ। ਗੁਰੂ ਮਹਾਰਾਜ ਅਤੇ ਗੁਰੂ ਦੀਆਂ ਸੰਗਤਾਂ ਮਿਹਰ ਕਰਨਗੀਆਂ,
ਜੋ ਵੀ ਆਪਾਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਜੋ ਵੀ ਸਾਡੇ ਦਿਲ ਦੇ ਵਿੱਚ ਹੈ, ਉਹ ਮਹਾਰਾਜ ਸਾਡੀ ਸਾਰੀ ਗੱਲ ਪੂਰੀ ਕਰਨਗੇ। ਇਹ ਜਿਹੜੀਆਂ ਤਿੰਨ ਮੰਗਾਂ ਨੂੰ ਮੁੱਖ ਰੱਖ ਕੇ ਮੋਰਚਾ ਲੱਗਿਆ। ਕਈ ਤਰ੍ਹਾਂ ਦੇ ਸੰਗਤਾਂ ਦੇ ਵਿਚਾਰ ਆਉਂਦੇ ਨੇ ਬਈ ਕੋਈ ਪ੍ਰੋਗਰਾਮ ਦਿਓ, ਕੋਈ ਇੱਥੋਂ ਅਗਲਾ ਪ੍ਰੋਗਰਾਮ ਦਿਓ, ਪਰ ਮੈਨੂੰ ਸਮਝ ਲੱਗਦੀ ਹੈ ਕਿ ਜਿਹੜਾ ਬਰਗਾੜੀ ਤੋਂ ਹਰ ਰੋਜ਼ ਪ੍ਰੋਗਰਾਮ ਦਿੱਤਾ ਜਾ ਰਿਹਾ, ਇਹਦੋਂ ਵਧੀਆ ਕੋਈ ਵੀ ਪ੍ਰੋਗਰਾਮ ਜਿਹੜਾ ਉਹ ਨਹੀਂ ਹੋ ਸਕਦਾ। ਅਤੇ ਇੱਥੇ ਹੀ ਖਾਲਸੇ ਪੰਥ ਦੀ ਜਿੱਤ ਹੋਣੀ ਹੈ। ਇਹਦੇ ਵਿੱਚੋਂ ਸਾਰਾ ਕੁਛ ਜੋ ਤੁਸੀਂ ਸੋਚਦੇ ਹੋ, ਜੋ ਤੁਹਾਡੇ ਮਨ ਦੇ ਵਿੱਚ ਹੈ, ਸਾਰਾ ਕੁਛ ਨਿਕਲੂਗਾ। ਸੋ ਜਥੇਦਾਰ ਜਗਤਾਰ ਸਿੰਘ ਹਵਾਰਾ ਹੈ ਅਤੇ ਉਹਨੂੰ ਪੰਥ ਨੇ ਚੁਣਿਆ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਦਾਸ ਦੀ ਅਤੇ ਸਾਡੀ ਸਾਰੇ ਜਥੇਦਾਰਾਂ ਦੀ ਸੇਵਾ ਲੱਗੀ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਰਾਂਗੇ, ਕਰਦੇ ਰਹਾਂਗੇ ਕਿ ਇਹ ਜਿਹੜੇ ਪਾਤਸ਼ਾਹੀ ਤਖਤ ਨੇ, ਪਵਿੱਤਰ ਤਖਤ ਨੇ, ਬੜੀ ਪਵਿੱਤਰ ਮਰਜ਼ਾਦਾ, ਜਿਹੜਾ ਸਾਰਾ ਕੁਛ ਅੱਜ ਡਾਵਾਂਡੋਲ ਹੋ ਗਿਆ ਕਿ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹਾਲ ਕਰ ਸਕੀਏ। ਸਮੁੱਚੇ ਖਾਲਸਾ ਪੰਥ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਆਪਾਂ ਇਕੱਠਾ ਕਰ ਸਕੀਏ ਤਾਂ ਕਿ ਅਸੀਂ ਆਪਣੀ ਮੰਜ਼ਿਲ ਦੇ ਵੱਲ ਵੱਧ ਸਕੀਏ। ਜਿਵੇਂ ਮੈਂ 7 ਤਰੀਕ ਨੂੰ ਇੱਕ ਬਿਆਨ ਦਿੱਤਾ ਸੀ, ਉਹ ਇੱਕ ਪ੍ਰੋਗਰਾਮ ਸੀ। ਉਹਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਉੱਤੇ, ਬਰਗਾੜੀ ਇਨਸਾਫ ਮੋਰਚੇ ਦੇ ਨਾਂ ਦੇ ਉੱਤੇ ਹਰ ਪਿੰਡ ਦੇ ਵਿੱਚ ਇੱਕ ਇੱਕ ਹੀ ਮੈਂਬਰੀ ਇਨਸਾਫ ਕਮੇਟੀ ਜਿਹੜੀ ਆ ਉਹ ਬਣਨੀ ਚਾਹੀਦੀ ਹੈ, ਜਿਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਉਹ ਲੈ ਜਾ ਸਕਦੇ ਨੇ। ਅਤੇ ਉਹ ਜਲਦੀ ਜਲਦੀ ਬਣਾ ਕੇ ਜਿਹੜੀਆਂ ਲਿਸਟਾਂ ਨੇ ਉਹ ਬਰਗਾੜੀ ਮੋਰਚੇ ਦੇ ਵਿੱਚ ਪਹੁੰਚ ਜਾਣੀਆਂ ਚਾਹੀਦੀਆਂ। ਵੈਸੇ ਤਾਂ ਸਾਨੂੰ ਸਾਰੇ ਪਿੰਡਾਂ, ਸਾਰੇ ਮੁਹੱਲਿਆਂ, ਸ਼ਹਿਰਾਂ ਦੀ ਲੋੜ ਆ, ਪਰ ਗੱਡੀ ਨੂੰ ਚਲਾਉਣ ਵਾਸਤੇ ਕਿਤੇ ਨਾ ਕਿਤੇ ਡਰਾਈਵਰ ਦੀ ਲੋੜ ਪੈਂਦੀ ਆ। ਜੇ ਅਸੀਂ ਪਿੰਡ ਨੂੰ ਚਲਾਉਣਾ, ਅਸੀਂ ਇੱਕ ਮੈਂਬਰੀ ਕਮੇਟੀ ਦੀ ਗੱਲ ਕਰਾਂਗੇ। ਜੇ ਸ਼ਹਿਰ ਨੂੰ ਚਲਾਉਣਾ ਹੈ ਤਾਂ ਫਿਰ ਅਸੀਂ ਮੁਹੱਲਿਆਂ ਦੀਆਂ ਕਮੇਟੀ ਦੀ ਗੱਲ ਕਰਾਂਗੇ। ਅਤੇ ਇਸ ਕਰਕੇ ਬਹੁਤ ਜਲਦੀ ਬਹੁਤ ਉਤਸ਼ਾਹ ਹੈ ਸੰਗਤਾਂ ਦੇ ਵਿੱਚ ਕਮੇਟੀਆਂ ਬਣਾਉਣ ਦੇ ਵਾਸਤੇ ਵੀ, ਅਤੇ ਤੁਸੀਂ ਸਾਰੇ ਸਾਡੀ ਮਦਦ ਕਰਦੇ ਰਹੋਗੇ, ਸਾਡੇ ਨਾਲ ਜੁੜੇ ਰਹੋਗੇ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਸਾਰਿਆਂ ਦਾ, ਸਾਰੀਆਂ ਸੰਗਤਾਂ ਦਾ। ਖਾਸ ਕਰਕੇ ਮੈਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਭਾਈ ਮਰੀਕ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਯੂਨਾਈਟਡ, ਸ਼੍ਰੋਮਣੀ ਅਕਾਲੀ ਦਲ 1920, ਸੁਤੰਤਰ ਅਕਾਲੀ ਦਲ ਅਤੇ ਹੋਰ ਜਿਹੜੀਆਂ ਸਤਿਕਾਰ ਕਮੇਟੀਆਂ, ਸਾਰੀਆਂ ਸਿਆਸੀ ਪਾਰਟੀਆਂ ਦਾ, ਸਾਰੇ ਸੰਤਾਂ ਮਹਾਂਪੁਰਸ਼ਾਂ ਦਾ, ਸਾਰੀਆਂ ਸੰਪਰਦਾਵਾਂ ਦਾ, ਸਾਰੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਦਾ, ਔਰ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਿਸ਼ੇਸ਼ ਤੌਰ 'ਤੇ ਜਿਨ੍ਹਾਂ ਨੇ ਅੱਜ ਤੱਕ ਪਿੱਠ ਵਿਖਾਉਣ ਵਾਲੀ ਗੱਲ ਨਹੀਂ ਆਪਾਂ ਕਹਿ ਸਕਦੇ, ਤਾਂ ਗੱਲ ਨੇੜੇ ਤੇੜੇ ਵੀ ਨਹੀਂ ਹੈਗੀ, ਜਿਨ੍ਹਾਂ ਨੇ ਹਿੱਕ ਠੋਕ ਕੇ ਸੱਚੇ ਮਨ ਦੇ ਨਾਲ ਦਿਲੋਂ ਦਿਨ ਰਾਤ ਇੱਕ ਕੀਤੀ ਹੋਈ ਹੈ,
ਜਿਸ ਕਰਕੇ ਬਰਗਾੜੀ ਮੋਰਚੇ ਦਾ ਝੰਡਾ ਹਰ ਰੋਜ਼ ਜਿਹੜਾ ਉਹ ਬੁਲੰਦੀਆਂ ਵੱਲ ਵੱਧ ਰਿਹਾ। ਗੁਰੂ 'ਤੇ ਭਰੋਸਾ ਰੱਖੋ, ਆਪਣੇ ਆਪ 'ਤੇ ਭਰੋਸਾ ਰੱਖੋ, ਆਪਣੇ ਜਥੇਦਾਰਾਂ 'ਤੇ ਭਰੋਸਾ ਰੱਖੋ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾਹਿਗੁਰੂ ਆ ਉਹ ਕਿਰਪਾ ਕਰੂਗਾ, ਪੰਥ ਅਤੇ ਗ੍ਰੰਥ ਦੀ ਚੜ੍ਹਦੀ ਕਲਾ ਹੋਊਗੀ। ਸਾਰਿਆਂ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਜਿਨ੍ਹਾਂ ਵੀ ਤੁਸੀਂ ਯੋਗਦਾਨ ਪਾਇਆ ਉਹਦੇ ਧੰਨਵਾਦੀ ਹਾਂ। ਇੰਨਾ ਕੁਝ ਕਹਿੰਦਾ ਆਪ ਜੀ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ, ਬਿਲਕੁਲ, ਕਿਤੇ ਨਾ ਕਿਤੇ ਬਰਗਾੜੀ ਇਨਸਾਫ ਮਾਮਲੇ ਦੇ ਵਿੱਚ ਚੋਰ ਅਤੇ ਕੁੱਤੀ ਰਲੇ ਹੋਏ ਨਜ਼ਰ ਆਉਂਦੇ ਨੇ, ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਉਣ ਦੇ ਬਾਵਜੂਦ ਵੀ ਅਜੇ ਤੱਕ ਸਰਕਾਰਾਂ ਕੋਈ ਵੀ ਠੋਸ ਫੈਸਲਾ ਲੈਣ ਦੇ ਵਿੱਚ ਕਾਰਗਰ ਸਾਬਤ ਨਹੀਂ ਹੋ ਰਹੀਆਂ। ਇਸ ਕਰਕੇ ਇਸ ਮੋਰਚੇ ਦੀ ਉਦੋਂ ਤੱਕ ਲੋੜ ਪੂਰੀ ਕੌਮ ਨੂੰ ਰਹੇਗੀ ਜਦੋਂ ਤੱਕ ਸਰਕਾਰਾਂ ਕੌਮ ਦੇ ਬਣਦੇ ਹੱਕ ਉਸਨੂੰ ਨਾ ਦੇ ਦੇਣ। ਅਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੀ ਵੱਧ ਚੜ੍ਹ ਕੇ ਇਸ ਮੋਰਚੇ ਦਾ ਹਿੱਸਾ ਬਣੀਏ, ਇਸ ਮੋਰਚੇ ਦਾ ਸਾਥ ਦਈਏ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।